ਰੂਪਨਗਰ 'ਚ ਸਿਹਤ ਵਿਭਾਗ ਦੀ ਟੀਮ ਵੱਲੋਂ ਗੁਪਤ ਛਾਪੇਮਾਰੀ ਕਰਕੇ ਪਿੰਡ ਮਿਆਂਪੁਰ ਦੇ ਸਰਕਾਰੀ ਸਕੂਲ ਦੇ ਲਾਗੇ ਇੱਕ ਰਾਇਲ ਫਲੋਰ ਦੇ ਨਾਮ 'ਤੇ ਹਿੱਟ ਚਲਾਈ ਜਾ ਰਹੀ ਨਕਲੀ ਦੇਸੀ ਘਿਓ ਬਣਾਉਣ ਵਾਲੀ ਗੈਰ ਕਾਨੂੰਨੀ ਇੱਕ ਫੈਕਟਰੀ ਨੂੰ ਸੀਲ ਕੀਤਾ ਹੈ। ਛਾਪੇਮਾਰੀ ਦੌਰਾਨ ਇਸ ਫੈਕਟਰੀ ਵਿੱਚੋਂ 4-5 ਕੁਇੰਟਲ ਦੇ ਕਰੀਬ ਨਕਲੀ ਦੇਸੀ ਘਿਓ ਅਤੇ ਵੱਡੀ ਮਾਤਰਾ ਵਿੱਚ ਰਿਫਾਈਨ ਦੇ ਟੀਨ, ਮਿਰਚ ਮਸਾਲੇ ਆਦਿ ਵੀ ਸੀਲ ਕੀਤੇ ਗਏ ਹਨ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਫੈਕਟਰੀ ਵਿੱਚ ਘੱਟ ਫੈਟ ਦੇ ਨਾਮ 'ਤੇ ਨਕਲੀ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਸੀ। ਸਿਹਤ ਵਿਭਾਗ ਦੀ ਕਾਰਵਾਈ ਦੌਰਾਨ ਮੌਕੇ ਤੋਂ ਫੈਕਟਰੀ ਮਾਲਕ ਫਰਾਰ ਹੋ ਗਿਆ। ਸਿਹਤ ਵਿਭਾਗ ਵੱਲੋਂ ਨਕਲੀ ਘਿਓ ਅਤੇ ਹੋਰ ਵੱਖ ਵੱਖ ਮਸਾਲਿਆਂ ਰਿਫਾਈਨ ਦੇ ਸੈਂਪਲ ਭਰ ਕੇ ਬਾਅਦ ਵਿੱਚ ਫੈਕਟਰੀ ਨੂੰ ਸੀਲ ਕਰਕੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰੋਇਲ ਗੋਲਡ ਮੀਡੀਅਮ ਦੇ ਨਾਲ ਕੁਕਿੰਗ ਮੀਡੀਅਮ ਬਣਾ ਰਹੇ ਹਨ, ਜਿਹਦੇ 'ਚ ਕਿ ਲੋ ਫੈਟ ਕਰਕੇ ਜਿਹੜਾ ਹੈਗਾ ਘਿਓ ਆ, ਪਰ ਉਹਦੇ ਉੱਪਰ ਇਹਨਾਂ ਨੇ ਲਿਖਿਆ ਹੋਇਆ ਕਿ ਵਹੀ ਦੇਸੀ ਸਵਾਦ। ਲੋਕਾਂ ਨੂੰ ਇਹਦਾ ਭੁਲੇਖਾ ਪੈਂਦਾ ਕਿ ਇਹ ਦੇਸੀ ਘਿਓ ਵਰਗਾ ਹੀ ਹੈ। ਦੇਸੀ ਘਿਓ ਦੇ ਤੌਰ 'ਤੇ ਜਿਹੜਾ ਹੈਗਾ ਦੁਕਾਨਦਾਰਾਂ ਨੂੰ ਕਹਿੰਦੇ ਆ, ਵੇਚਦੇ ਹਨ, ਕਹਿੰਦੇ ਆ ਕਿ ਇਹ ਜੋਤ ਵਾਲਾ ਘਿਓ ਆ, ਜਦਕਿ ਜੋਤ ਵਾਲਾ ਘਿਓ ਕੋਈ ਵੱਖਰਾ ਨਹੀਂ ਹੁੰਦਾ, ਉਹਦੇ ਜਿਹੜੇ ਸਟੈਂਡਰਡ ਆ ਦੇਸੀ ਘਿਓ ਵਰਗੇ ਹੀ ਹੋਣੇ ਚਾਹੀਦੇ ਹਨ। ਅਤੇ ਇਹ ਲੋਕਾਂ ਨਾਲ ਚੀਟਿੰਗ ਕਰ ਰਹੇ ਹਨ। ਇੱਥੇ ਇਹਨਾਂ ਨੇ ਜਿਹੜੀ ਫੈਕਟਰੀ ਦੀ ਕੰਡੀਸ਼ਨਸ ਆ, ਸਾਫ਼ ਸਫਾਈ ਵੱਲ ਕੋਈ ਧਿਆਨ ਨਹੀਂ ਆ। ਇਹਨਾਂ ਦੀ ਫੈਕਟਰੀ ਵਿੱਚ ਰਿਫਾਈਨਡ ਆਇਲ ਜਿਹੜਾ ਹੈਗਾ ਉਹ ਵੀ ਫੜਿਆ ਗਿਆ, ਅਤੇ ਹਲਦੀ ਮਿਰਚ ਮਸਾਲੇ ਬਣਾਉਣ ਦੀਆਂ ਚੱਕੀ ਜਿਹੜੀ ਹੈ ਲਗਾਈ ਗਈਆਂ ਹਨ। ਉਹਨਾਂ 'ਤੇ ਜੋ ਐਡਰੈਸ ਆ ਉਹ ਫਰੀਦਾਬਾਦ, KMD ਮਸਾਲੇ ਫਰੀਦਾਬਾਦ ਦਾ ਐਡਰੈਸ ਦਿੱਤਾ ਹੋਇਆ, ਜਦਕਿ ਇਹ ਪੈਕ ਇੱਥੇ ਕਰ ਰਹੇ ਹਨ ਅਤੇ ਜਿਹੜਾ ਹੈਗਾ ਲੋਕਾਂ ਨਾਲ ਸਰਾਸਰ ਜਿਹੜਾ ਹੈਗਾ ਇਹ ਧੋਖਾ ਕਰ ਰਹੇ ਹਨ। ਅਤੇ ਹੁਣ ਅਸੀਂ ਸਾਡੇ ਫੂਡ ਸੇਫਟੀ ਅਫਸਰ ਜਿਹੜੇ ਹੈਗੇ ਇਹਨਾਂ ਦੇ ਸੈਂਪਲ ਭਰ ਰਹੇ ਹਨ, ਅਤੇ ਜਿਹੜਾ ਸਟੋਕ ਆ ਉਹ ਸੀਲ ਕਰਕੇ ਫੈਕਟਰੀ ਵੀ ਸੀਲ ਕੀਤੀ ਜਾਏਗੀ। ਅਤੇ ਆਪਣੀ ਇਹ ਫੈਕਟਰੀ ਜਿਹੜਾ ਹੈ ਵਿਦਆਊਟ ਲਾਇਸੈਂਸ ਕੰਮ ਕਰ ਰਹੀ ਹੈ, ਉਸਦਾ ਵੀ ਜਿਹੜਾ ਹੈਗਾ ਕੋਰਟ ਦੇ ਵਿੱਚ ਅਸੀਂ ਚਲਾਨ ਜਿਹੜਾ ਉਹ ਪੇਸ਼ ਕਰਾਂਗੇ, ਅਤੇ ਜਿਹੜੀ ਕਾਰਵਾਈ ਆ ਉਹ ਰਿਪੋਰਟ ਆਉਣ ਤੋਂ ਬਾਅਦ ਕਰੇਗੀ। ਫਿਲਹਾਲ ਉਦੋਂ ਤੱਕ ਜਿਹੜੀ ਆ ਫੈਕਟਰੀ ਇਹ ਸੀਲ ਕਰ ਦਿੱਤੀ ਹੈ। ਅਤੇ ਭਾਈ ਸਾਹਿਬ, ਮੈਨੂੰ 9 ਵਜੇ ਸਾਡੇ ਬੜੇ ਸਾਡੇ ਵਧੀਆ ਜਿਹੇ ਆਪਣੇ ਅਸਿਸਟੈਂਟ ਫੂਡ ਕਮਿਸ਼ਨਰ ਹੈਗੇ ਆ ਸੁਖਰਾਵ ਸਿੰਘ ਜੀ, ਉਹ 9 ਵਜੇ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਵੀ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਹੈ ਵੀ ਇੱਥੇ ਕੋਈ ਮੀਆਂਪੁਰ ਸਕੂਲ ਦੇ ਲਾਗੇ, ਗਵਰਨਮੈਂਟ ਸਕੂਲ ਦੇ ਅੱਗੇ ਕੋਈ ਪਾਇਰੇਸੀ ਦਾ ਕੰਮ ਚੱਲਣ ਡਿਆ, ਅਤੇ ਉਹ ਨਕਲੀ ਦੇਸੀ ਘਿਓ ਟਾਈਪ ਦੀਆਂ ਚੀਜ਼ਾਂ ਬਣਾ ਕੇ ਅਤੇ ਹੋਰ ਆਟੇ ਦੀ ਥਾਲੀ ਥੱਲੇ ਪਏ ਅਤੇ ਆਇਲ ਕੁਕਿੰਗ ਮੀਡੀਅਮ ਦੇਸੀ ਘਿਓ ਦੀ ਵੀ ਸਪਰੈਂਡਿੰਗ ਜੀ ਕਰਕੇ ਵੀ ਵਹੀ ਦੇਸੀ ਉਹ ਇਸ਼ੂ ਸੀਗਾ। ਅਤੇ ਫਿਰ ਬਾਕੀ ਕਾਰਵਾਈ ਸਾਡੇ ਕਮਿਸ਼ਨਰ ਸਾਹਿਬ ਦੀ ਟੀਮ, ਸਿਸਟਮ ਫੂਡ ਕਮਿਸ਼ਨਰ ਟੀਮ ਕਰ ਰਹੀ ਹੈ, ਮੇਰੇ ਐਫਐਸਓ ਸਾਹਿਬ ਉਹਨੇ ਟੀਮ ਬੈਠੀ ਹੈ ਅਤੇ ਉਹ ਬਣਦੀ ਕਾਰਵਾਈ ਕਰਦੇ ਹੈ। ਕੀ ਇੱਥੇ ਨਕਲੀ ਜਿਹੜੀ ਹੈਗੀ ਆ ਜਿਹੜਾ ਸੱਕੀ ਬਣਾਉਣ ਦੀ ਕੰਮ ਕੀਤਾ ਜਾਂਦਾ, ਨਕਲੀ ਮਸਾਲੇ ਵਗੈਰਾ? ਨੈਚੁਰਲੀ ਜਿਹੜੇ ਨਕਲੀ ਦਾ ਮਤਲਬ ਇਹ ਹੈਗਾ, ਦੇਖੋ ਜਿਹੜੀਆਂ FSSAI ਦੇ ਸਟੈਂਡਰਡ ਜਿਹੜੇ ਉਹਨਾਂ ਨੇ ਮਾਪਦੰਡ ਰੱਖੇ ਆ ਉਹਦੀ ਉਲੰਘਣ ਹੈ। ਜਿਹੜੀਆਂ ਪ੍ਰੋਵੀਜ਼ਨਸ ਹੈਗੀਆਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀਆਂ, ਜਿਹੜੀਆਂ ਇਨਫਰਿੰਜਮੈਂਟਸ ਆ ਉਸ ਐਕਟ ਦੀਆਂ, ਉਹਦੇ ਅਨੁਸਾਰ ਨਾ ਇੱਥੇ ਸਾਫ਼ ਸਫਾਈ ਹੈ, ਨਾ ਇੱਥੇ ਲਾਈਟ ਹੈ, ਨਾ ਕੁਛ ਹੈ। ਅਤੇ ਮੌਕੇ 'ਤੇ ਸਰ ਮਾਲਕ ਮਿਲਿਆ ਕਿਆ ਕਿਸੇ ਨੇ ਕਦੇ ਤੁਹਾਨੂੰ? ਮਾਲਕ ਇੱਥੇ ਖੜੇ ਸੀ ਜੀ, ਉਹਨਾਂ ਨੇ ਸੈਂਪਲਿੰਗ ਕੀਤੀ, ਉਹ ਸਾਈਨ ਕਰਕੇ ਗਏ ਅਤੇ ਮੈਂ ਹੁਣ ਪੁੱਛ ਰਿਹਾ ਸੀ ਉਹ ਹੀ ਇੱਥੇ ਸਲਿਪਡ ਹੋਏ, ਅਤੇ ਅਸੀਂ ਪੁਲਿਸ ਨੂੰ ਬੁਲਾਇਆ, ਅਸੀਂ ਡੀ ਸੀ ਸਾਹਿਬ ਨੂੰ ਇਨਫੋਰਮ ਕੀਤਾ ਹੈਗਾ, ਡੀ ਸੀ ਸਾਹਿਬ ਨੂੰ ਅਸੀਂ ਇਨਫੋਰਮੇਸ਼ਨ ਦਿੱਤੀ ਹੈ ਵੀ ਇੱਥੇ ਸਿਕਿਉਰਿਟੀ ਭੇਜੋ ਸਾਡੇ ਕੋਲ, ਸਾਡੇ ਬੰਦੇ ਇੱਕ ਬੜਾ ਔਖਾ ਕੰਮ ਕਰਨ ਡੇ, ਜੇ ਦੇ ਨੀਡ ਸਿਕਿਉਰਿਟੀ, ਅਤੇ ਡੀ ਸੀ ਸਾਹਿਬ ਤਾਂ ਕਹਿੰਦੇ ਸਿਕਿਉਰਿਟੀ ਹੈਗੀ ਜੀ। ਉਹ ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।